लाइट्स कैमरा एंड चक दो फटे सिक्के ही कुछ कर सकते हैं गल तो सर बेवारी ना चलना ਸਸੇ ਗੱਲ ਦੋਸਤੋ ਮੈਂ ਹਜਤਿੰਦਰ ਸਿੰਘ ਜੀਤੂ ਲੈ ਕੇ ਹਾਜ਼ਰ ਹਾਂ ਆਪਣਾ ਪ੍ਰੋਗਰਾਮ ਜਿਸ ਦਾ ਨਾਮ ਹੈ ਲਾਈਟਸ ਕੈਮਰਾ ਐਂਡ ਚੱਕਦੇ ਫੱਟੇ ਦੋਸਤੋ ਇਹ ਪ੍ਰੋਗਰਾਮ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਪਰਦੇ ਦੇ ਪਿੱਛੇ ਦੀਆਂ ਕਹਾਣੀਆਂ ਤੁਹਾਡੇ ਮੂਰੇ ਲੈ ਕੇ ਆਉਂਦੇ ਹਾਂ ਸਾਡਾ ਮੋਡਲਾ ਫਰਜ ਹੈ ਚੜ੍ਹਦੀ ਕਲਾ ਟਾਈਮ ਟੀਵੀ ਬਹੁਤ ਵਧੀਆ ਉਪਰਾਲਾ ਲੈ ਕੇ ਤੁਹਾਡੇ ਮੂਰੇ ਹਾਜ਼ਰ ਹੈ ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਕਿਵੇਂ ਫਨਕਾਰ ਕਲਾਕਾਰ ਆਪਣੀਆਂ ਨਿੱਜੀ ਜ਼ਿੰਦਗੀਆਂ ਬਾਰੇ ਤੁਹਾਡੇ ਨਾਲ ਹਰੇਕ ਗੱਲਬਾਤ ਸਾਂਝੀ ਕਰਦਾ ਹੈ ਕਲਾਕਾਰ ਸਿਰਫ ਉਹੀ ਨਹੀਂ ਜੋ ਟੀਵੀ ਦੇ ਮੂਹਰੇ ਹੁੰਦਾ ਕਲਾਕਾਰ ਉਹ ਵੀ ਹੈ ਜੋ ਟੀਵੀ ਦੇ ਪਿੱਛੇ ਜਾਨੀ ਕਿ ਪਰਦੇ ਦੇ ਪਿੱਛੇ ਆਪਣੀ ਕਲਾ ਬਖੇਰਦਾ ਆਪਣੀ ਕਲਾ ਦੀ ਖੁਸ਼ਬੂ ਬਖੇਰਦਾ ਜਿਨ੍ਹਾਂ ਦੇ ਮੋਢਿਆਂ ਦੇ ਉੱਤੇ ਸਾਰੀ ਫਿਲਮ ਸਾਰਾ ਪ੍ਰੋਜੈਕਟ ਆਪਣੇ ਮੋਢਿਆਂ ਤੇ ਪਹਾੜ ਦੇ ਉੱਤੇ ਲੈ ਕੇ ਚੱਲਦਾ ਹੈ ਤੇ ਅੱਜ ਇੱਕ ਐਸਾ ਫਨਕਾਰ ਐਸਾ ਕਲਾਕਾਰ ਸਾਡੇ ਸਟੂਡੀਓ ਵਿੱਚ ਮੌਜੂਦ ਹੈ ਜਿਹੜਾ ਕਿ ਇਸ ਫੀਲਡ ਦੇ ਵਿੱਚ ਪ੍ਰੋਡਕਸ਼ਨ ਦਾ ਕੰਮ ਕਰਦਾ ਹੈ ਪ੍ਰੀ ਪਲੈਨਿੰਗ ਉਹਨਾਂ ਤੋਂ ਬਿਨਾ ਜਿਹੜੀ ਹੈ ਉਹ ਪੋਸੀਬਲ ਨਹੀਂ ਹੈ ਸੋ ਉਹਨਾਂ ਦਾ ਨਾਮ ਹੈ ਜੀ ਮਨਪ੍ਰੀਤ ਸਿੰਘ ਮਨਪ੍ਰੀਤ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸਟੂਡੀਓ 'ਚ ਸਤਿ ਸ਼੍ਰੀ ਅਕਾਲ ਜੀ ਸਾਰੇ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ ਪਹਿਲਾ ਸਵਾਲ ਇਸ ਫਿਲਮ ਲਾਈਨ ਦੇ ਵਿੱਚ ਆਉਣਾ ਕਿਸ ਤਰ੍ਹਾਂ ਆਇਆ ਕਿਉਂਕਿ ਇਹ ਪਹਿਲਾ ਸਵਾਲ ਮੈਂ ਇਸ ਕਰਕੇ ਪੁੱਛਦਾ ਕਿਉਂਕਿ ਸਾਡੇ ਦਰਸ਼ਕ ਜਿਹੜੇ ਆ ਉਹ ਜਾਣਨਾ ਚਾਣਗੇ ਕਿ ਪਰਦੇ ਦੇ ਪਿੱਛੇ ਜਿਹੜੇ ਲੋਕ ਕੰਮ ਕਰਦੇ ਨੇ ਫਿਲਮਾਂ ਕਿਸ ਤਰ੍ਹਾਂ ਬਣਦੀਆਂ ਨੇ ਪਰਦੇ ਦੇ ਪਿੱਛੇ ਦੀ ਕਹਾਣੀ ਕੀ ਹੈ ਤੁਸੀਂ ਇਨੀ ਮਿਹਨਤ ਕਰਦੇ ਹੋ ਤੁਹਾਡੀ ਵੀ ਇੱਕ ਨਿੱਜੀ ਜ਼ਿੰਦਗੀ ਹੈ ਤੇ ਇਸ ਫਿਲਮ ਲਾਈਨ ਦੇ ਵਿੱਚ ਆਣਾ ਕਿਸ ਤਰ੍ਹਾਂ ਹੋਇਆ ਆ ਆਣਾ ਰੱਬ ਦੇ ਵੱਲੋਂ ਸੁਭਾਵੀ ਬਣੇ ਇੱਕ ਤਰ੍ਹਾਂ ਦਾ ਕੋਈ ਨੌਲੇਜ ਨਹੀਂ ਸੀ ਫਿਲਮ ਲਾਈਨ ਦੀ ਕੋਈ ਪਤਾ ਨਹੀਂ ਸੀਗਾ ਇਸ ਬਾਰੇ 2011 ਜਾਂ 12 ਦੀ ਗੱਲ ਹੈ ਜੀ ਪਟਿਆਲੇ ਦੇ ਵਿੱਚ ਕਿਸੇ ਨੇ ਮੇਰਾ ਰੈਫਰੈਂਸ ਦਿੱਤਾ ਤੇ ਉਹਨਾਂ ਨੇ ਕਿਹਾ ਵੀ ਪਟਿਆਲੇ ਦੇ ਵਿੱਚ ਸ਼ੂਟਿੰਗ ਹੋਣੀ ਹੈ ਫਿਲਮ ਦੀ ਜਿਸ ਦਾ ਨਾਮ ਹੈ ਬਾਡੀਗਾਰਡ ਮੇਰੀ ਫਰਸਟ ਮੂਵੀ ਸੀ ਬਾਡੀਗਾਰਡ ਬਾਲੀਵੁੱਡ ਦੀ ਜਿਹਦੇ ਵਿੱਚ ਸਲਮਾਨ ਖਾਨ ਸਰ ਸੁਪਰਸਟਾਰ ਸਲਮਾਨ ਖਾਨ ਕਰੀਨਾ ਕਪੂਰ ਮੈਮ ਤੇ ਉਹਨਾਂ ਦੀ ਪੂਰੀ ਟੀਮ ਸੀਗੀ ਮੈਨੂੰ ਨੌਲੇਜ ਨਹੀਂ ਸੀ ਬਟ ਉਹਨਾਂ ਨੇ ਕਿਹਾ ਵੀ ਦੋ ਤਿੰਨ ਵਾਰ ਮੈਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਤੁਸੀਂ ਇਹ ਕੰਮ ਕਰਨਾ ਹੈ ਮੈਂ ਕਿਹਾ ਮੈਨੂੰ ਪਤਾ ਨਹੀਂ ਹੈ ਕਹਿੰਦੇ ਇੱਕ ਵਾਰ ਟਰਾਈ ਕਰੋ ਚਲੋ ਮੈਂ ਕਿਹਾ ਚਲੋ ਠੀਕ ਹੈ ਜੀ ਮੈਂ ਟਰਾਈ ਕੀਤਾ ਮੇਰੀ ਫਰਸਟ ਮੂਵੀ ਸੀ ਇੰਨੇ ਵੱਡੇ ਸਟਾਰ ਕਾਸਟ ਨਾਲ ਤੇ ਬਹੁਤ ਅੱਛਾ ਐਕਸਪੀਰੀਅੰਸ ਸੀਗਾ ਮੇਰਾ ਉਸ ਤੋਂ ਬਾਅਦ ਬਸ ਰੱਬ ਨੇ ਅਸੀਂ ਬਾਹ ਫੜੀ ਹੋਣ ਤੁਹਾਡੇ ਕਿਰਪਾ ਨਾਲ ਸਾਰੇ ਲੋਕਾਂ ਦੀ ਕਿਰਪਾ ਨਾਲ ਅਰਦਾਸਾਂ ਨਾਲ ਇੱਥੇ ਬੈਠੇ ਆ ਤੁਹਾਡੇ ਕੋਲ ਇੱਕ ਇਥੇ ਇੱਕ ਸਵਾਲ ਆਂਦਾ ਕਿ ਇਸ ਫੀਲਡ ਦੇ ਵਿੱਚ ਕਹਿੰਦੇ ਨੇ ਕਿ ਬੰਦੇ ਦੀਆਂ ਜੁੱਤੀਆਂ ਘਸ ਜਾਂਦੀਆਂ ਨੇ ਇੱਕ ਵੱਡਾ ਬ੍ਰੇਕ ਮਿਲਦੇ-ਮਿਲਦੇ ਪਹਿਲੀ ਵਾਰ ਦੇ ਵਿੱਚ ਤੁਹਾਨੂੰ ਸੁਲਮਾਨ ਖਾਨਾਂ ਨੂੰ ਇੰਨੀ ਵੱਡੀ ਫਿਲਮ ਮਿਲ ਗਈ ਬੋਡੀਗਾਰਡ ਉਹ ਕਿਸ ਤਰ੍ਹਾਂ ਮੈਂ ਉਹੀ ਦੱਸ ਰਿਹਾ ਮੇਰੇ ਇਹਦੇ ਪਿੱਛੇ ਕੋਈ ਕੋਈ ਐਕਸਪੀਰੀਅੰਸ ਨਹੀਂ ਬਿਲਕੁਲ ਨੋਨ ਐਕਸਪੀਰੀਅੰਸ ਰੱਬ ਬੋਲਾ ਉਸ ਇੱਕ ਪਹਿਲਾ ਗੱਲ ਤਾਂ ਰੱਬ ਦਾ ਧੰਨਵਾਦ ਉੱਪਰ ਵਾਲੇ ਦਾ ਵਾਇਗਰੂ ਦਾ ਤੇ ਉਹਨਾਂ ਤੋਂ ਬਿਨਾਂ ਤਾਂ ਕੁਝ ਪੋਸੀਬਲ ਨਹੀਂ ਹੈ ਨਾ ਮੈਨੂੰ ਫੀਲਡ ਦਾ ਪਤਾ ਸੀ ਨਾ ਮਗਰ ਦੀ ਆਇਆ ਸੀ ਨਾ ਮੈਨੂੰ ਕੁਝ ਵੀ ਨਾਥਿੰਗ ਜ਼ੀਰੋ ਸੀ ਮਤਲਬ ਮੈਂ ਤੇ ਕੁਦਰਤ ਵੱਲੋਂ ਸਵਾਬ ਬਣਿਆ ਕਿਸੇ ਨੇ ਮੇਰੀ ਬਾਹ ਫੜੀ ਤੇ ਮੈਂ ਚਲੋ ਨਾਮ ਵੀ ਐ ਜਾਹਰ ਕਰ ਦਿੰਦਾ ਅੱਜ ਉਹਨਾਂ ਦਾ ਜੀ ਬਿਲਕੁਲ ਕਰਨਾ ਚਾਹੀਦਾ ਤੁਹਾਡੇ ਅੰਮ੍ਰਿਤਸਰ ਦੇ ਹੀ ਨੇ ਅਰਵਿੰਦਰ ਪੱਟੀ ਜੀ ਹਰੇਕਿਆ ਪੱਟੀ ਬਹੁਤ ਅੱਛੇ ਆਰਟਿਸਟ ਨੇ ਪੱਟੀ ਸਾਹਿਬ ਦੇ ਕਜ਼ਨ ਬ੍ਰਦਰ ਨੇ ਅਰਵਿੰਦਰ ਪੱਟੀ ਜੀ ਉਹਨਾਂ ਕਰਕੇ ਹੀ ਮੈਂ ਇਸ ਫੀਲਡ 'ਚ ਆਇਆ ਨਾ ਮੈਨੂੰ ਕੁਝ ਪਤਾ ਸੀ ਉਹਨਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਤੇ ਬਹੁਤ ਪਿਆਰ ਹੈ ਮੇਰਾ ਪਹਿਲਾ ਪਿਆਰ ਸੀ ਕੁਦਰਤੀ ਗੱਲ ਹੈ ਹਾਂ ਹਾਂ ਤੇ ਉਹਨਾਂ ਨੇ ਮੈਨੂੰ ਇਹ ਕਾਪੜਾ ਦਿੱਤਾ ਤੇ ਅੱਜ ਕਿੱਥੇ ਵੀ ਬੈਠੇ ਆ ਨਾਮ ਐ ਜੋ ਵੀ ਐ ਫੀਲਡ ਦੇ ਪਿੱਛੇ ਕੈਮਰੇ ਦੇ ਪਿੱਛੇ ਹਾਂ ਹਾਂ ਉਨਾ ਕਰ ਕੀ ਹੈ ਬਹੁਤ ਵਧੀਆ ਗੱਲ ਹੈ ਜੀ ਕਿਉਂਕਿ ਪਹਿਲਾਂ ਤੇ ਜੇ ਸਪੀਲਡ ਜਾਣਾ ਸਿੱਖੋ ਫਿਰ ਅਸਿਸਟੈਂਟ ਲੱਗੋ ਨਾਲ ਕੰਮ ਕਰੋ ਔਰ ਆਂਦਿਆ ਹੀ ਇੱਕ ਵੱਡਾ ਬ੍ਰੇਕ ਮਿਲ ਜੇ ਉਹ ਵੀ ਇੱਕ ਸੁਪਰਸਟਾਰ ਦੇ ਨਾਲ ਮੇਰੇ ਸਾਹ ਹਨਾ ਕਿਸਮਤ ਤੁਸੀਂ ਉਤੋ ਲਿਖਾ ਕੇ ਆਏ ਹੋ ਚੱਕ ਦੋ ਫੱਟੇ ਚੱਕ ਦੋ ਫੱਟੇ ਬਹੁਤ ਵਧੀਆ ਗੱਲ ਫੈਮਲੀ ਕਿੰਨਾ سپورਟ ਕਰਦੀ ਹੈ ਫੈਮਲੀ سپورਟ ਕਰਦੀ ਹੈ ਬੋਸਪੋਰਟ ਕਰ ਲਿਆ ਹੈ ਫੈਮਲੀ ਤੋਂ ਬਿਨਾ ਸਪੋਰਟ ਤੋਂ ਬਿਨਾ ਕੁਝ ਵੀ ਸੰਭਵ ਨਹੀਂ ਹੈ ਹਮ ਤੇ ਸ਼ੁਰੂ ਚ ਤਾਂ ਉਹਨਾਂ ਨੂੰ ਵੀ ਕੁਝ ਪਤਾ ਨਹੀਂ ਸੀ ਨਾ ਮੈਨੂੰ ਪਤਾ ਸੀ ਜਦ ਹੋਲੀ 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 ਸਰਕਲ ਬਣਦਾ ਗਿਆ ਤੇ ਉਸ ਤੋਂ ਬਾਅਦ ਸਪੋਰਟਿੰਗ ਹੈ ਸਾਰੇ ਸਪੋਰਟਿੰਗ ਹੈ ਹਮ ਬੱਚੇ ਕਹਿੰਦੇ ਹੋਣਗੇ ਜਾਂ ਵਾਈਫ ਕਹਿੰਦੀ ਹੋਏਗੀ ਕਿ ਅੱਜ ਟਾਈਮ ਨਾਲ ਆ ਜਾ ਕਰੋ ਕਰ ਕਿਉਂਕਿ ਫਿਲਮ ਲਾਈਨ ਦੇ ਵਿੱਚ ਜਿਹੜਾ ਬੰਦਾ ਕੰਮ ਕਰਦਾ ਉਹ ਉਹਦਾ ਪਤਾ ਕੋਈ ਨਹੀਂ ਹੈ ਕਿ ਉਹਨੇ ਕਿੰਨੇ ਚਿਰ ਅਥੇ ਰਹਿਣਾ ਵਾ ਛੁੱਟੀ ਦਾ ਕੋਈ ਪਤਾ ਨਹੀਂ ਹੈ ਦਿਨ ਰਾਤ ਸ਼ੂਟਿੰਗ ਚੱਲਦੀ ਹੈ ਤੇ ਵਾਈਫ ਫਿਰ ਉਹ ਦੇਖਦੀ ਹੋएगी ਘਰੇ ਵੀ ਅੱਜ ਮੀਆਂ ਜੀ ਆ ਨਹੀਂ ਰਹੇ ਅਜੇ ਨਹੀਂ ਵਾਈਫ ਤਾਂ ਸੱਚੀ ਉਡੀਕਦੀ ਹੈ ਪਰ ਮੈਂ ਵਾਈਫ ਨੂੰ ਡੀਕ ਰਿਹਾ ਮੈਂ ਅਜੇ ਅਨਮੈਰਿਡ ਹੀ ਆ ਵਾਈਫ ਨੂੰ ਡੀਕ ਰਿਹਾ ਮੈਂ ਵਾਈਫ ਨੂੰ ਡੀਕ ਰਿਹਾ ਮੈਂ ਅਜੇ ਅਨਮੈਰਿਡ ਹੀ ਆ ਜਾਨੂ ਅਜੇ ਅਨਮੈਰਿਡ ਆ ਜਾਨੂ ਕਹਿ ਲਓ ਜਾਂ ਕੁਝ ਕਹਿ ਲਓ ਫਿਲਹਾਲ ਅਨਮੈਰਿਡ ਆ ਮੈਂ ਅਜੇ ਕੋਈ ਤੁਸੀਂ ਮੈਨੂੰ ਲੱਗਦਾ ਜਿਵੇਂ ਸੁਪਰਸਟਾਰ ਮੈਨੂੰ ਪਰਸਨਲ ਲਾਈਫ ਵੀਡੀਓ ਸ਼ੇਅਰ ਨਹੀਂ ਕਰਦੇ ਮੈਨੂੰ ਲੱਗਦਾ ਤੁਸੀਂ ਵੀ ਨਹੀਂ ਸੁਪਰਸਟਾਰ ਵਾਲਾ ਤਾਂ ਕੋਈ ਕੰਮ ਨਹੀਂ ਮੈਂ ਤਾਂ ਸੁਗੋ ਫੀਲਿੰਗ ਲੈ ਰਹੇ ਹੋ ਫੀਲਿੰਗ ਲੈ ਰਹੇ ਹੋ ਨੋਰਮਲ ਬੰਦਾ ਮੈਂ ਨੋਰਮਲ ਹੀ ਰਹਿਣਾ ਚਾਹੁੰਦਾ ਮੈਨੂੰ ਲੱਗਦਾ ਫਿਰ ਵਾਕਈ ਤੁਹਾਡੀ ਵਾਈਫ ਵੇਟ ਕਰ ਰਹੀ ਆ ਜੈਮਲਾ ਲੈ ਕੇ ਖੜੀ ਆ ਜੀ ਬਿਲਕੁਲ ਬਿਲਕੁਲ ਵੇਟ ਕਰ ਰਹੀ ਆ ਚਲੋ ਅਸੀਂ ਅਰਦਾਸ ਕਰਦੇ ਆ ਵਾਹਿਗੁਰੂ ਇੱਕੇ ਜਲਦੀ ਜਲਦੀ ਤੁਹਾਡਾ ਆਨੰਦ ਕਾਰਜ ਹੋਵੇ ਤੇ ਤੁਸੀਂ ਵੀ ਗ੍ਰਸਥ ਜੀਵਨ ਦੇ ਵਿੱਚ ਆਓ ਇੱਕ ਹੋਰ ਮੇਰੇ ਜਨ ਜਿਹੇ ਵਿੱਚ ਦਿਮਾਗ 'ਚ ਇੱਕ ਗੱਲ ਆ ਰਹੀ ਆ ਕਿ ਹਮੇਸ਼ਾ ਅਸੀਂ ਅਕਸਰ ਦੇਖਦੇ ਆ ਕਿ ਪ੍ਰੋਡਕਸ਼ਨ ਵਾਲੇ ਦੀ ਰੇਲ ਤੇ ਸਾਡੇ ਦਰਸ਼ਕ ਜਿਹੜੇ ਪ੍ਰੋਡਕਸ਼ਨ ਫੀਲਡ ਦੇ ਵਿੱਚ ਆਉਣਾ ਚਾਹੁੰਦੇ ਨੇ ਸ਼ੁਰੂਆਤ ਕਰਨਾ ਚਾਹੁੰਦੇ ਨੇ ਉਹਨਾਂ ਦੇ ਲਈ ਕੀ ਐਸੀ ਚੀਜ਼ ਆ ਕਿ ਉਹਨਾਂ ਦੇ ਲਈ ਮਿਹਨਤ ਜਿਹੜੀ ਆ ਉਹ ਆਸਾਨੀ ਨਾਲ ਖਤਮ ਹੋ ਜੇ ਤੇ ਫੀਲਡ 'ਚ ਕੰਮ ਮਿਲਣਾ ਸ਼ੁਰੂ ਹੋ ਜੇ ਕੁਝ ਵੀ ਚੀਜ਼ ਆਸਾਨੀ ਨਾਲ ਨਹੀਂ ਮਿਲਦੀ ਮਿਹਨਤ ਨਾਲ ਹੀ ਮਿਲਦੀ ਹੈ ਪਹਿਲੇ ਤਾਂ ਇਹ ਗੱਲ ਕੋਈ ਵੀ ਚੀਜ਼ ਹੈ ਜੇ ਸੀ ਨਾ ਮਿਲ ਗਈ ਨਾ ਪਹਿਲੇ ਬ੍ਰੇਕ ਮੇਰੀ ਚਲੋ ਕਿਸਮਤ ਲਿਖੀ ਰੀ ਪਹਿਲੇ ਬ੍ਰੇਕ ਸੀ ਪਰ ਮੈਨੇ ਮਿਹਨਤ ਕੀਤੀ ਹੈ ਉਹ ਇਹ ਨਹੀਂ ਵੀ ਮੈਂ ਜਾ ਕੇ ਉੱਥੇ ਸੈਟ ਦੇ ਬੈਠ ਗਿਆ ਜਾ ਕੇ ਸੌਫੇ ਤੇ ਮੈਂ ਦੋ ਦਿਨ ਰਾਤ ਇੱਕ ਕੀਤਾ ਹੈ ਪ੍ਰੋਪਰਲੀ ਜੀ ਡੇ ਨਾਈਟ ਡੇ ਨਾਈਟ ਸ਼ਿਫਟਾਂ ਕੀਤੀ 32 33 ਦਿਨ ਦਾ ਕੰਮ ਸੀ ਪਟਿਆਲੇ ਦੇ ਵਿੱਚ ਬਹੁਤ ਮਿਹਨਤ ਕੀਤੀ ਉਹਦੇ ਵਿੱਚੇ ਇਹ ਨਹੀਂ ਮੈਂ ਜਾ ਕੇ ਸਿੱਧਾ ਉੱਥੇ ਬੌਸ ਬਣ ਕੇ ਬੈਠ ਗਿਆ ਮੇਰੇ ਉੱਪਰ ਕਾਫੀ ਸੀਗੇ ਸਾਰੇ ਸੀਨੀਅਰ ਸੀਗੇ ਮੈਂ ਸਭ ਤੋਂ ਜੂਨੀਅਰ ਸੀਗਾ ਮੈਨੇ ਸਿੱਖਿਆ ਉਸ ਵਿਲੰਗ ਤੋਂ ਓਕੇ ਇਹ ਸਿਰਫ ਰੋਟੀ ਖਾਣੀ ਸੋਖੀ ਹੈ ਮਿਹਨਤ ਕਰਨੀ ਬੜੀ ਔਖੀ ਹੈ ਜੀ ਬਿਲਕੁਲ ਕੋਈ ਵੀ ਫੀਲਡ ਵਿੱਚ ਹੋਵੇ ਉਹ ਪਰਦੇ ਦੇ ਪਿੱਛੇ ਦੇ ਜਿਹੜੇ ਹੀਰੋ ਨੇ ਸਾਡੇ ਅਸੀਂ ਤੁਹਾਡੇ ਨਾਲ ਮਿਲਾਂਦੇ ਰਵਾਂਗੇ ਇਹਨਾਂ ਨਾਲ ਵੀ ਅੱਗੋਂ ਗੱਲ ਕਰਾਂਗੇ ਕਿ ਪਲੈਨਿੰਗ ਕਿਸ ਤਰ੍ਹਾਂ ਹੁੰਦੀ ਹੈ ਸਾਰੀ ਇੱਕ ਫਿਲਮ ਨੂੰ ਜਦੋਂ ਬਣਾਉਂਦੇ ਨੇ ਤੇ ਉਹਦੇ ਪਿੱਛੇ ਦੀ ਪਲੈਨਿੰਗ ਕੀ ਹੈ ਸਾਰੀ ਕਿਸ ਤਰ੍ਹਾਂ ਉਹਨੂੰ ਪਲਾਨ ਕੀਤਾ ਜਾਂਦਾ ਸੋ ਇਹਦੇ ਬਾਰੇ ਸਾਰੀ ਵਾਰ ਗੱਲਬਾਤ ਕਰਾਂਗੇ ਇੱਕ ਬ੍ਰੇਕ ਦਾ ਸਮਾਂ ਹੋ ਜੇ ਬ੍ਰੇਕ ਲੈ ਲਈਏ ਸੋ ਤੁਸੀਂ ਕਿਤੇ ਨਾ ਜਾਣਾ ਅਸੀਂ ਬ੍ਰੇਕ ਤੋਂ ਬਾਅਦ ਜਲਦੀ ਵਾਪਸ ਆ ਕੇ ਤੁਹਾਨੂੰ ਫਿਰ ਮੰਤਰੀ ਜੀ ਨਾਲ ਮੁਲਾਕਾਤ ਕਰਾਣੇ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਨਾਲ ਚੱਕ ਦੋ ਫੱਟੇ ਚੱਕ ਦੋ ਫਟੇ ਕੀ ਤੁਸੀਂ ਜਾਨਣਾ ਚਾਹੁੰਦੇ ਹੋ ਆਪਣੇ ਮਨਪਸੰਦ ਸਿਤਾਰਿਆਂ ਦੇ ਜ਼ਿੰਦਗੀ ਦੇ ਸਫ਼ਰ ਬਾਰੇ ਸਿੰਗਰਸ ਐਕਟਰਸ ਦੇ ਆਪਣੇ ਫੇਵਰਟ ਆਰਟਿਸਟਸ ਦੀਆਂ ਇੰਟਰਸਟਿੰਗ ਕਹਾਣੀਆਂ ਨੂੰ ਤਾਂ ਦੇਖੋ ਸਾਡਾ ਸਪੈਸ਼ਲ ਪ੍ਰੋਗਰਾਮ ਜੀ ਆਇਆਂ ਹਰ ਸ਼ੁੱਕਰਵਾਰ ਦੁਪਹਿਰ 2:30 ਵਜੇ ਤੇ ਰਿਪੀਟ ਟੈਲੀਕਾਸਟ ਹਰ ਸੋਮਵਾਰ ਦੁਪਹਿਰ 2:30 ਵਜੇ ਓਨਲੀ ਔਨ ਚਾਰਦੀ ਕਲਾ ਟਾਈਮ ਟੀਵੀ ਜੀ ਆਇਆਂ ਟੈਕ ਬੈਲ ਫਰਡੇ ਵੈਲਕਮ ਬੈਕ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਨਾਲ ਨੇ ਮਨਪ੍ਰੀਤ ਜੀ ਪ੍ਰੋਡਕਸ਼ਨ ਬਾਰੇ ਗੱਲਬਾਤ ਹੋ ਰਹੀ ਸੀ ਹੁਣ ਇਹਨਾਂ ਕੋਲੋਂ ਇਹ ਪੁੱਛਦੇ ਹਾਂ ਜੀ ਪ੍ਰੋਡਕਸ਼ਨਸ ਦੇ ਬਾਰੇ ਕਿ ਕਿਸ ਤਰ੍ਹਾਂ ਤੁਹਾਨੂੰ ਆਰਡਰ ਮਿਲਦਾ ਕਿਸ ਤਰ੍ਹਾਂ ਤੁਹਾਨੂੰ ਇੱਕ ਫਿਲਮ ਮਿਲਦੀ ਔਰ ਕਿਸ ਤਰ੍ਹਾਂ ਉਹ ਸਾਰੀ ਪ੍ਰੀ ਪਲੈਨਿੰਗ ਤੁਸੀਂ ਕਰਦੇ ਹੋ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜੀ ਵੀ ਕੰਪਨੀ ਨਾਲ ਕੋਈ ਲਿੰਕ ਹੈ ਤੇ ਉਹ ਸਾਨੂੰ ਕਾਲ ਕਰਦੇ ਨੇ ਸਾਨੂੰ ਦੱਸਦੇ ਨੇ ਵੀ ਸਾਡਾ ਇਹ ਪ੍ਰੋਜੈਕਟ ਹੈ ਇਸ ਲਈ ਸਾਨੂੰ ਆ ਆ ਲੋਕੇਸ਼ਨ ਚ ਚਾਹੀਦੀ ਹੈ ਇੰਨੇ ਦਿਨ ਦਾ ਪ੍ਰੋਜੈਕਟ ਹੈ ਤੇ ਉਹ ਸਾਨੂੰ ਉਹ ਫੋਟੋਗ੍ਰਾਫਸ ਮੰਗਾਨੇ ਨੇ ਅਸੀਂ ਫੋਟੋਗ੍ਰਾਫਸ ਉਹਨਾਂ ਨੂੰ ਪਹਿਲਾਂ ਕਲਿੱਕ ਕੀਤੀਆਂ ਹੁੰਦੀਆਂ ਅਸੀਂ ਸਾਨੂੰ ਪਤਾ ਹੁੰਦਾ ਵੀ ਜੋ ਮੋਟਾ ਮੋਟਾ ਸਾਨੂੰ ਆਈਡੀਆ ਹੁੰਦਾ ਅਸੀਂ ਆਪ ਹੀ ਫੋਟੋ ਖਿੱਚੀਆਂ ਹੁੰਦੀਆਂ ਜੀ ਮੋਬਾਈਲ ਦੇ ਵਿੱਚ ਹੀ ਉਹ ਸਾਡੇ ਤੋਂ ਡਿਟੇਲ ਮੰਗਦੇ ਨੇ ਅਸੀਂ ਮੇਲਸ ਵਗੈਰਾ ਕਰਦੇ ਆ ਫਿਰ ਉਹਨਾਂ ਦਾ ਪਲਾਨ ਬਣਦਾ ਉਹ ਆਉਂਦੇ ਨੇ ਇੱਥੇ ਪੰਜਾਬ ਦੇ ਵਿੱਚ ਉਹਨਾਂ ਨੂੰ ਰੇਕੀ ਵਗੈਰਾ ਕਰਾਣੇ ਆ ਜਿਹੜੀਆਂ ਉਹਨਾਂ ਨੂੰ ਲੋਕੇਸ਼ਨ ਚਾਹੀਦੀਆਂ ਜੋ ਉਹਨਾਂ ਦੇ ਸਟੋਰੀ ਦੇ ਅਕੋਰਡਿੰਗ ਹੋ ਜੋ ਮੂਵੀ ਦੇ ਜੋ ਪ੍ਰੋਜੈਕਟ ਦੇ ਸਟੋਰੀ ਰਿਕਾਰਡਿੰਗ ਹੁੰਦਾ ਅਸੀਂ ਉਹ ਚੀਜ਼ਾਂ ਦਿਖਾਣੇ ਆ ਇੱਕ ਵਾਰ ਦੋ ਵਾਰ ਘੱਟੋ ਘੱਟ ਤਿੰਨ ਜਾਂ ਚਾਰ ਵਾਰ ਜਿਹੜਾ ਪ੍ਰੋਫੈਸ਼ਨਲ ਬੰਦਾ ਹੋਏਗਾ ਹੂੰ ਹੂੰ ਚਾਰ ਵਾਰ ਜਾ ਕੇ ਉਹ ਫਾਈਨਲ ਹੁੰਦੀ ਹੈ ਚੀਜ਼ ਰਾਈਟ ਉਸ ਤੋਂ ਬਾਅਦ ਸਾਡੀ ਅਗਲਾ ਸਟੈਪ ਹੁੰਦਾ ਅਸੀਂ ਉਹ ਲੋਕੇਸ਼ਨਸ ਦੀ ਪਰਮਿਸ਼ਨਸ ਹੂੰ ਕਿਉਂਕਿ ਉਹ ਪਰਮਿਸ਼ਨ ਬਹੁਤ ਜ਼ਰੂਰੀ ਹੈ ਬਿਨਾ ਪਰਮਿਸ਼ਨ ਤੋਂ ਅਸੀਂ ਕੰਮ ਨਹੀਂ ਕਰਦੇ ਜੀ ਕਿਉਂਕਿ ਗਵਰਨਮੈਂਟ ਦੇ ਵੀ ਰੂਲ ਨੇ ਤੇ ਉਹ ਜ਼ਰੂਰੀ ਹੁੰਦਾ ਹੈ ਪਰਮਿਸ਼ਨਸ ਕਰਦੇ ਹਾਂ ਉਸ ਤੋਂ ਬਾਅਦ ਸਾਰਾ ਕੁਝ ਅਸੀਂ ਰੈਕੀ ਕਰਕੇ ਪਰਮਿਸ਼ਨ ਕਰਕੇ ਫਿਰ ਉਹਨਾਂ ਦੇ ਡੇਟਸ ਮੀਟਿੰਗਸ ਹੁੰਦੀਆਂ ਸਾਡੀਆਂ ਕਾਫੀ ਮੀਟਿੰਗਸ ਹੁੰਦੀਆਂ ਛੋਟੇ-ਛੋਟੇ ਟੌਪਿਕ ਦੇ ਉੱਪਰ ਵੀ ਮੀਟਿੰਗ ਹੁੰਦੀ ਹੈ ਅਸੀਂ ਕੈਮਰਾ ਹਾਇਰ ਕਰਨਾ ਹੈ ਲਾਈਟਸ ਹਾਇਰ ਕਰਨੀਆਂ ਗੱਡੀਆਂ ਟਰਾਂਸਪੋਰਟ ਫੂਡ ਵੈਨਟੀ ਵੈਨ ਜਨਸੈਟ ਮੇਕਅਪ ਹੇਅਰ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਮਤਲਬ ਸੂਈ ਤੋਂ ਲੈ ਕੇ ਜਹਾਜ਼ ਤੱਕ ਦੀ ਅਸੀਂ ਇੱਕ-ਇੱਕ ਚੀਜ਼ ਦੀ ਪਲੈਨਿੰਗ ਕਰਦੇ ਹਾਂ ਕੋਈ ਬਿਨਾ ਪਲੈਨਿੰਗ ਤੋਂ ਸੰਭਵ ਨਹੀਂ ਹੈ। ਘੱਟੋ ਘੱਟ 6 ਮਹੀਨੇ ਪਹਿਲਾਂ 4 ਮਹੀਨੇ ਪਹਿਲਾਂ ਪਲੈਨਿੰਗ ਸ਼ੁਰੂ ਕਰਾਂਗੇ ਪ੍ਰੋਜੈਕਟ ਦੇ ਪਰ ਤਾਂ ਹੀ ਉਹ ਸਹੀ ਤਰੀਕੇ ਪਰਦੇ ਦੇ ਉੱਤੇ ਲੋਕਾਂ ਨੂੰ ਦਿਖ ਸਕੇਗਾ। ਕਿ ਜਿਹੜੀ ਚੀਜ਼ ਤੁਸੀਂ ਪਲੈਨਿੰਗ ਕਰਦੇ ਹੋ ਉਸ ਜਿਸ ਤਰ੍ਹਾਂ ਇੱਕ ਡਾਇਰੈਕਟਰ ਦੀ ਜਦੋਂ ਫਿਲਮ ਲੋਕ ਹੋ ਜਾਂਦੀ ਹੈ ਪ੍ਰੋਡਿਊਸਰ ਦੇ ਨਾਲ ਮੀਟਿੰਗਸ ਤੋਂ ਬਾਅਦ ਹਰ ਚੀਜ਼ ਜਿਹੜੀ ਹੈ ਫਾਈਨਲ ਸੰਭਵ ਹੋ ਜਾਂਦੀ ਹੈ ਕਿ ਤੁਹਾਨੂੰ ਸਕ੍ਰਿਪਟ ਦਿੱਤੀ ਜਾਂਦੀ ਹੈ ਜਾਂ ਬ੍ਰੇਕਡਾਊਨ ਕੱਢ ਕੇ ਚੀਜ਼ਾਂ ਦਾ ਦਿੱਤਾ ਜਾਂਦਾ ਕਿ ਸਾਨੂੰ ਐਸ ਐਸ ਚੀਜ਼ਾਂ ਦੀ ਰਿਕੁਆਇਰਮੈਂਟ ਹੈ ਜਾਂ ਤੁਹਾਨੂੰ ਵੀ ਸਕ੍ਰਿਪਟ ਪੜਾਈ ਜਾਂਦੀ ਹੈ ਵੀ ਤੁਸੀਂ ਇੱਕ ਵਾਰੀ ਫੀਲ ਸਾਰਾ ਨਹੀਂ ਨਹੀਂ ਸਾਨੂੰ ਸਕ੍ਰਿਪਟ ਨਾਲ ਕੋਈ ਦਾ ਨਹੀਂ ਉਹਨਾਂ ਫਿਰ ਵੀ ਸਾਨੂੰ ਮੋਟਾ-ਮੋਟਾ ਦੱਸ ਦੇਣੀ ਵੀ ਇਹ ਸਕ੍ਰਿਪਟ ਹੈ ਜੀ ਤੇ ਇਹ ਸੀਨ ਹੈ ਆ ਸਿੱਕੀ ਜ ਹੈ ਸਟੋਰੀ ਦਾ ਮੋਟਾ-ਮੋਟਾ 파ੜ ਦੱਸ ਮੋਟਾ-ਮੋਟਾ 파ੜ ਦੱਸਣਾ ਜ਼ਰੂਰੀ ਵੀ ਹੈ ਹਾਂਜੀ ਹਾਂਜੀ ਜੋ ਕਿ ਬਹੁਤ ਬਰੀਕੀਲਾ ਕੰਮ ਦੇ ਵਿੱਚ ਸਾਡਾ ਕੋਈ ਨਾ ਤੱਲੁਕਾ ਨੂੰ ਸਾਡਾ ਤਾਂ ਮੇਨ ਲੋਕੇਸ਼ਨ ਦਾ ਉਸ ਤੋਂ ਬਾਅਦ ਪਰਮਿਸ਼ਨਸ ਦਾ ਫਿਰ ਕਿਸ ਤਰ੍ਹਾਂ ਵੀ ਆਰਟ ਡਾਇਰੈਕਟਰ ਤੁਹਾਡੇ ਨਾਲ ਜਾਂਦਾ ਵਾ ਸਾਡੇ ਨਾਲ ਡਾਇਰੈਕਟਰ ਨਾਲ ਜਾਂਦਾ ਸਾਡੇ ਨਾਲ ਪੂਰੀ ਟੀਮ ਆਉਂਦੀ ਹੈ ਡਾਇਰੈਕਟਰ ਸਾਹਿਬ ਦੀ ਪੂਰੀ ਟੀਮ ਹੁੰਦੀ ਆਰਟ ਡਾਇਰੈਕਟਰ ਹੁੰਦੇ ਆ ਪ੍ਰੋਡਕਸ਼ਨ ਵਾਲੇ ਹੁੰਦੇ ਨੇ ਜੀ ਪੂਰੀ ਟੀਮ ਹੁੰਦੀ ਸਾਰੀ ਟੀਮ ਆ ਵਰਕ ਕਰਕੇ ਹੀ ਕੰਮ ਹੁੰਦਾ ਏ ਓਕੇ ਫਿਰ ਤੁਸੀਂ ਉਹਨੂੰ ਉਸ ਲੋਕੇਸ਼ਨ ਤੇ ਚਲੇ ਜਾਂਦੇ ਹੋ ਲੈ ਕੇ ਜਿੱਥੇ ਜਿਹੜੀ ਤੁਸੀਂ ਫੋਟੋਗ੍ਰਾਫਸ ਦਿਖਾਈਆਂ ਹੁੰਦੀਆਂ ਨੇ ਦੋਨੋਂ ਇੱਕ ਵਾਰੀ ਵਿਜ਼ਿਟ ਕਰਾ ਦਿੱਤਾ ਰੇਗੀ ਜਦੋਂ ਹੋ ਗਈ ਫਿਰ ਉਸ ਦੇ ਅਕੋਰਡਿੰਗ ਉਹ ਆਪਣਾ ਸਾਰਾ ਸੈਟ ਵਗੈਰਾ ਉਹਦੇ ਵਿੱਚ ਉਹਨਾਂ ਨੂੰ ਜੋ ਪਸੰਦ ਆਈ ਇੱਕ ਇੱਕ ਚੀਜ਼ ਦੀ ਅਸੀਂ 4 4 5 5 ਆਪਸ਼ਨ ਆ ਦੇਣੇ ਆ ਮੰਗ ਲਓ ਇੱਕ ਆਫਿਸ ਹੈ ਆਫਿਸ ਦੀ ਵੀ ਅਸੀਂ 10 10 4 4 ਆਪਸ਼ਨ ਆ ਦੇਣੇ ਆ ਜੋ ਉਹਨਾਂ ਨੂੰ ਸੂਟੇਬਲ ਬੈਠੇ ਹੂੰ ਉਹ ਫਿਰ ਜਾ ਕੇ ਮੀਟਿੰਗਸ ਕਰਦੇ ਨੇ ਫਿਰ ਉਹਨਾਂ ਦੀ ਉਹਨਾਂ ਦੇ ਵਿੱਚੋਂ ਚੂਸ ਕਰਦੇ ਨੇ ਕੁਝ ਚੀਜ਼ਾਂ ਜੋ ਉਹਨਾਂ ਨੂੰ ਪਸੰਦ ਆ ਜਿੱਥੇ ਉਹਨਾਂ ਦਾ ਸੌਖੇ ਤਰੀਕੇ ਨਾਲ ਕੰਮ ਹੋ ਸਕੇ ਹਮ ਕਿੱਥੇ ਉਹਨਾਂ ਨੂੰ ਪਰੇਸ਼ਾਨੀ ਨਾ ਆਵੇ ਸਾਡੀ ਉਹ ਡਿਊਟੀ ਹੈ ਘੱਟ ਤੋਂ ਘੱਟ ਸਮੇਂ ਦੇ ਵਿੱਚ ਵਧੀਆ ਤੋਂ ਵਧੀਆ ਕੰਮ ਕਰਕੇ ਦਿੱਤਾ ਜਾਵੇ ਹਮ ਤੇ ਉਹਨਾਂ ਦੇ ਬਜਟ ਦੇ ਮੁਤਾਬਿਕ ਸਭ ਤੋਂ ਵੱਡੀ ਗੱਲ ਹੈ ਬਜਟ ਹਮ ਜੋ ਉਹਨਾਂ ਦਾ ਬਜਟ ਹੈ ਉਹਨਾਂ ਦੇ ਬਜਟ ਦੇ ਵਿੱਚ ਹੀ ਰਹਿ ਕੇ ਕੰਮ ਕੀਤਾ ਜਾਵੇ ਬਜਟ ਤੋਂ ਓਵਰ ਬਜਟ ਨਾ ਹੋਵੇ ਕੰਮ ਕੋਈ ਵੀ ਮੈਨੂੰ ਇੱਥੇ ਇੱਕ ਗੱਲ ਹੋਰ ਦਿਮਾਗ ਚ ਆ ਰਹੀ ਹੈ ਮਨਪ੍ਰੀਤ ਜੀ ਬਜਟ ਦੀ ਤੁਸੀਂ ਗੱਲ ਕੀਤੀ ਹੈ ਕਿ ਤੁਹਾਡਾ ਆਪਣਾ ਵੀ ਬਜਟ ਹੁੰਦਾ ਕਿ ਤੁਸੀਂ ਇਸ ਬਜਟ ਤੋਂ ਥੱਲੇ ਕੰਮ ਨਹੀਂ ਕਰਨਾ ਕਿਉਂਕਿ ਇੱਕ ਪ੍ਰੋਡਕਟ ਵੈਲਿਊ ਹੁੰਦੀ ਹੈ ਤੁਸੀਂ ਆਪ ਦੇ ਪ੍ਰੋਡਕਟ ਦੀ ਵੈਲਿਊ ਕਿੰਨੀ ਕੱਟਦੇ ਹੋ ਵੀ ਤੁਹਾਡਾ ਪਰ ਡੇ ਏ ਆ ਜਾਂ ਤੁਹਾਡਾ ਕੰਟਰੈਕਟ ਦਾ ਰੇਟ ਜਿਹੜਾ ਉਹ ਏ ਹੈ ਸਾਡਾ ਇੱਕ ਕੰਟਰੈਕਟ ਹੋ ਜਾਂਦਾ ਸ਼ੁਰੂ ਦੇ ਵਿੱਚ ਜਦੋਂ ਸਾਡੀ ਫਿਲਮ ਫਾਈਨਲ ਹੋ ਜਾਂਦਾ ਪ੍ਰੋਜੈਕਟ ਫਾਈਨਲ ਹੋ ਜਾਂਦਾ ਹੈ ਸਾਡਾ ਬਜਟ ਫਾਈਨਲ ਹੁੰਦਾ ਉਸ ਦੇ ਵਿੱਚ ਸਾਡੀ ਫੀਸ ਵੀ ਵਿੱਚ ਇਨਕਲੂਡ ਹੁੰਦੀ ਹੈ ਅੱਛਾ ਜੀ ਪਰ ਉਹ ਕਿਸ ਤਰ੍ਹਾਂ ਚੀਜ਼ਾਂ ਨੂੰ ਅਸੀਂ ਪਹਿਲਾਂ ਦੱਸਦੇ ਹਾਂ ਕਿ ਕਾਫੀ ਚੀਜ਼ਾਂ ਜਿਹੜੇ ਤੁਸੀਂ ਕਹ ਰਹੇ ਹੋ ਨਵੀਆਂ ਵੀ ਲਿਆਣੀਆਂ ਜਾਂ ਉਸ ਦੌਰਾਨ ਤੁਸੀਂ ਸੈਟਅਪ ਵੀ ਕਰਨੇ ਚੀਜ਼ਾਂ ਦੇ ਉਹ ਆਰਟ ਡਿਪਾਰਟਮੈਂਟ ਦਾ ਕੰਮ ਹੈ ਉਹ ਆਰਟ ਡਿਪਾਰਟਮੈਂਟ ਅਲੱਗ ਹੈ ਹੂੰ ਸਾਡਾ ਅਲੱਗ ਹੈ ਸਾਡਾ ਪ੍ਰੋਡਕਸ਼ਨ ਦਾ ਅਸੀਂ ਉਹਨਾਂ ਨੂੰ ਪ੍ਰੋਡਕਸ਼ਨ ਦੇ ਵਿੱਚ ਵੀ ਬਹੁਤ ਸਾਰੀ ਚੀਜ਼ਾਂ ਇਸ ਤਰ੍ਹਾਂ ਦੀ ਹੋਣਗੀਆਂ ਜਿਹੜੀਆਂ ਆਰਟ ਵਾਲਿਆਂ ਦੀ ਰਿਕੁਆਇਰਮੈਂਟ ਨੂੰ ਵੀ ਪ੍ਰੋਡਕਸ਼ਨ ਹੀ ਪੂਰੀਆ ਕਰੇਗੀ ਨਾ ਬਿਲਕੁਲ 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 ਸਾਰੀਆਂ ਚੀਜ਼ਾਂ ਨੇ ਬਟ ਕੁਝ ਚੀਜ਼ ਐਸੀਆਂ ਨੇ ਜਿਹੜੀਆਂ ਆਰਟ ਡਿਪਾਰਟਮੈਂਟ ਲਈ ਜਿਹੜੀਆਂ ਅਸੀਂ ਵੀ ਕਰ ਲੈਣੇ ਆ ਉਹ ਇਨਕ ਇੱਕ ਪਲਾਨ ਜਾਂ ਬਣਾ ਕੇ ਵੀ ਆਹ ਚੀਜ਼ ਅਸੀਂ ਕਰ ਸਕਦੇ ਆ ਇਹ ਚੀਜ਼ ਉਹ ਕਰ ਸਕਦਾ ਇੱਕ ਪੂਰਾ ਸਰਕਲ ਬਣ ਕੇ ਕੰਮ ਹੁੰਦਾ ਕੱਲੇ ਬੰਦੇ ਦਾ ਕੰਮ ਨਹੀਂ ਹੈ ਮਤਲਬ ਤੁਸੀਂ ਕੀ ਸਮਝਦੇ ਹੋ ਡਾਇਰੈਕਟਰ ਦਾ ਵਿਜ਼ਨ ਤੁਹਾਡਾ ਵਿਜ਼ਨ ਕਿੰਨਾ ਕੁ ਹੋ ਜਾਂਦਾ ਬਈ ਡਾਇਰੈਕਟਰ ਨੇ ਜੋ ਸੋਚਿਆ ਤੁਸੀਂ ਕੀ ਸਮਝਦੇ ਹੋ ਕਿ ਤੁਹਾਡੇ ਵੀ ਮੁੰਡਿਆਂ ਤੋਂ ਉਨਾ ਹੀ ਭਾਰ ਹੈ ਜੋ ਡਾਇਰੈਕਟਰ ਦਾ ਵਿਜ਼ਨ ਆ ਅਸੀਂ ਕਲੀਅਰ ਕਰਨਾ ਹੈ ਅਸੀਂ ਪੂਰਾ ਕਰ ਜੋ ਡਾਇਰੈਕਟਰ ਦੇ ਦਿਮਾਗ 'ਚ ਹੈ ਉਹ ਸੇਮ ਚੀਜ਼ ਸਾਡੇ ਦਿਮਾਗ 'ਚ ਆਣੀ ਚਾਹੀਦੀ ਹੈ ਤਾਂ ਹੀ ਅਸੀਂ ਉਹਨਾਂ ਦੀ ਸੋਚ ਨੂੰ ਸਮਝ ਸਕਦੇ ਹਾਂ ਉਹਨੂੰ ਕੀ ਚੀਜ਼ ਚਾਹੀਦੀ ਹੈ ਡਾਇਰੈਕਟਰ ਸਾਹਿਬ ਨੂੰ ਕੀ ਤੁਸੀਂ ਵੀ ਡਾਇਰੈਕਟਰ ਹੋ ਤੁਸੀਂ ਵੀ ਕਰ ਚੁੱਕੇ ਕਰਦੇ ਰਹਿੰਦੇ ਹੋ ਕੰਮ ਅਗਰ ਮੈਂ ਤੁਹਾਡੇ ਦਿਮਾਗ ਦੀ ਚੀਜ਼ ਨਹੀਂ ਸਮਝ ਸਕਦਾ ਤਾਂ ਮੇਰਾ ਕੋਈ ਫਾਇਦਾ ਨਹੀਂ ਹੈ ਉਹਦੇ ਦਿਮਾਗ ਚ ਉਹਦੇ ਦਿਮਾਗ ਚ ਜੋ ਸਟੋਰੀ ਦੇ ਅਕੋਰਡਿੰਗ ਜੋ ਚੀਜ਼ ਚਾਹੀਦੀ ਹੈ ਜੀ ਉਹੀ ਸਾਨੂੰ ਸਮਝਣੀ ਚਾਹੀਦੀ ਹੈ ਤੇ ਉਹੀ ਚੀਜ਼ ਦੇਣੀ ਚਾਹੀਦੀ ਹੈ ਮਿਸ ਗਾਈਡ ਨਹੀਂ ਕਰਨਾ ਚਾਹੀਦਾ ਉਸ ਨਾਲ ਫਿਰ ਸਾਰਾ ਸਰਕਲ ਖਰਾਬ ਹੋ ਜਾਂਦਾ ਹੈ ਜੀ ਕੋਈ ਵੀ ਪ੍ਰੋਜੈਕਟ ਦੇ ਵਿੱਚ ਪਹਿਲਾ ਮੋੜੇ ਦੇ ਪਾਰ ਹੁੰਦਾ ਡਾਇਰੈਕਟਰ ਸਾਹਿਬ ਦੇ ਉਸ ਤੋਂ ਬਾਅਦ ਸਭ ਤੋਂ ਲਾਸਟ ਸਾਡੇ ਤੇ ਹੁੰਦਾ ਪਾਰ ਸਾਰਾ ਮੈਨੇਜ ਅਸੀਂ ਦੋਵਾਂ ਨੇ ਮਿਲ ਬੈਠ ਕੇ ਹੀ ਕਰਨਾ ਹੁੰਦਾ ਸਾਰੀ ਟੀਮ ਵਰਕ ਨੇ ਮਤਲਬ ਹਮ ਹਮ ਤੇ ਮਨਪ੍ਰੀਤ ਜੀ ਜਦੋਂ ਤੁਸੀਂ ਸੈੱਟ ਤੇ ਪਹੁੰਚ ਗਏ ਜੀ ਸਰ ਪ੍ਰੀ-ਪ੍ਰੋਡਕਸ਼ਨ ਦਾ ਸਾਰਾ ਕੰਮ ਹੋ ਗਿਆ ਜੀ ਸਰ ਰੇਕੀ ਹੋ ਗਈ ਫਾਈਨਲ ਹੋ ਗਈਆਂ ਲਾਈਟਿੰਗਸ ਵਗੈਰਾ ਫਾਈਨਲ ਹੋ ਗਈ ਜਦੋਂ ਸੈੱਟ ਤੇ ਪਹੁੰਚ ਗਏ ਸੈੱਟ ਤੇ ਕਿਸ ਮੌਕੇ ਤੇ ਕਿਹੜੇ ਉਸ ਟਾਈਮ ਤੇ ਤੁਹਾਡਾ ਕੰਮ ਸ਼ੁਰੂ ਹੁੰਦਾ ਕਾਲ ਟਾਈਮ ਡਾਇਰੈਕਟਰ ਨੇ ਦੇ ਦਿੱਤਾ ਆਪਣੇ ਆਰਟਿਸਟਾਂ ਨੂੰ ਤੁਹਾਡਾ ਕਾਲ ਟਾਈਮ ਕਦੋਂ ਆ ਆਰਟਿਸਟਾਂ ਦੇ ਨਾਲ ਦਾ ਤੁਹਾਡਾ ਕਾਲ ਟਾਈਮ ਆ ਜੋ ਤੁਹਾਨੂੰ ਪਹਿਲਾ ਕੋਲ ਟਾਈਮ ਕਿਉਂਕਿ ਦਰਸ਼ਕ ਜਿਹੜੇ ਆ ਜਾਂ ਸਾਡੇ ਜਿਹੜੇ ਸਟੂਡੈਂਟਸ ਨੇ ਇਹ ਚੀਜ਼ ਬਹੁਤ ਉਹਨਾਂ ਨੂੰ ਕਾਹਲੀ ਹੈ ਇਹ ਚੀਜ਼ ਜਾਣਨ ਦੀ ਕਿ ਪ੍ਰੋਡਕਸ਼ਨ ਵਾਲੇ ਕਦੋਂ ਸੈਟ ਤੇ ਪਹੁੰਚਦੇ ਆ ਅ ਬੜਾ ਅੱਛਾ ਸਵਾਲ ਪੁੱਛਿਆ ਤੁਸੀਂ ਸਭ ਤੋਂ ਟਫਿੰਗ ਜੌਬ ਜਿਹੜੀ ਹੈ ਪ੍ਰੋਡਕਸ਼ਨ ਦੀ ਹੈ ਸਾਡਾ ਕੋਈ ਟਾਈਮ ਟੇਬਲ ਨਹੀਂ ਹੈ ਪਹਿਲੀ ਗੱਲ ਤਾਂ ਸੌਣ ਦਾ ਕੋਈ ਟਾਈਮ ਨਹੀਂ ਹੈ ਜਾਗਣ ਦਾ ਕੋਈ ਟਾਈਮ ਨਹੀਂ ਹੈ ਉਹ ਸਭ ਤੋਂ ਜੇ ਉਹ ਵੀ ਕੋਲ ਟਾਈਮ ਦਿੱਤਾ ਜਾਂਦਾ ਡਾਇਰੈਕਟਰ ਵੱਲ ਡਾਇਰੈਕਟਰ ਸਾਹਿਬ ਵੱਲੋਂ ਮੰਨ ਲਓ ਸਵੇਰੇ 7 ਵਜੇ ਦਾ ਅਰਲੀ ਮਾਰਨਿੰਗ ਦਿੱਤਾ ਸਾਨੂੰ 1-2 ਘੰਟੇ ਪਹਿਲਾਂ ਹੀ ਉੱਥੇ ਪਹੁੰਚਣਾ ਪੈਣਾ ਹੈ ਕਿਉਂਕਿ ਸਾਰਾ ਅਸੀਂ ਬੇਸ ਬਣਾਣਾ ਉੱਥੇ ਬੇਸ ਦੇ ਵਿੱਚ ਪਾਰਕਿੰਗ ਬਣਾਣੀ ਹੈ ਅਸੀਂ ਉੱਥੇ ਫੂਡ ਲਈ ਜਗ੍ਹਾ ਬਣਾਣੀ ਹੈ ਉੱਥੇ ਵੈਨਿਟੀ ਵੈਨ ਜੈਂਸੈਟ ਖੜਾ ਕਰਨ ਲਈ ਕਿ ਸਪੇਸ ਚਾਹੀਦੀ ਹੁੰਦੀ ਹੈ ਕਿਤੇ ਵੀ ਅਸੀਂ ਸ਼ੂਟਿੰਗ ਕਰ ਰਹੇ ਹਾਂ ਸਪੇਸ ਤੋਂ ਆ ਅਪਾ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਜੀ ਜੀ ਕਿਉਂਕਿ ਜੀ ਸਪੇਸ ਦਾ ਨਾਮ ਤਾਂ ਮੈਨੂੰ ਲੱਗਦਾ ਦਰਸ਼ਕ ਜਿਹੜੇ ਆ ਉਹ ਕਹਿੰਦੇ ਹੋਣਗੇ ਵੀ ਇੱਕ ਨਾ ਨੇ ਬ੍ਰੇਕ ਨਹੀਂ ਲਿੱਤੀ ਸੋ ਇੱਕ ਬ੍ਰੇਕ ਲੈ ਕੇ ਜਲਦੀ ਵਾਪਸ ਆਨੇ ਜੁੜੇ ਰੋ ਚੜਦੀ ਕਲਾ ਟਾਈਮ ਟੀਵੀ ਦੇ ਨਾਲ ਚੱਕ ਦੋ ਫੱਟੇ ਚੱਕ ਦੋ ਫੱਟੇ ਫੋਨ ਕਾ ਪੰਡਾ ਫੋਨ ਕਾ ਪੰਡਾ ਹੈਲੋ ਫੋਨ ਕਾ ਪੰਡਾ ਫੋਨ ਕਾ ਪੰਡਾ ਮੇਰਾ ਗਾਣਾ ਚਲਾ ਦਿਓ ਹਾਂ 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 ਚੱਕ ਦੋ ਫੱਟੇ ਚੱਕ ਦੋ ਫੱਟੇ ਬ੍ਰੇਕ ਤੋਂ ਬਾਅਦ ਹੀ ਕਰੀ ਫੇਰ ਤੋਂ ਤੁਹਾਡਾ ਸਾਰਾ ਦਾ ਸਵਾਗਤ ਆ ਜੀ ਮੇਰੇ ਨਾਲ ਨਮਨਪ੍ਰੀਤ ਸਿੰਘ ਇਹਨਾਂ ਨੇ ਗੱਲ ਕੀਤੀ ਸੀ ਸੈੱਟ ਦੇ ਉੱਤੇ ਸਪੇਸ ਕਿਹੜੀ ਕਿੱਥੇ ਕਿੱਥੇ ਦੇਣੀ ਆ ਜਨ ਸੈੱਟ ਲੱਗ ਜਾਂਦਾ ਵਾ ਤੇ ਫਿਰ ਉਸ ਤੋਂ ਬਾਅਦ ਜੋ ਉਹਨਾਂ ਦਾ ਸੈਟਅਪ ਹੁੰਦਾ ਜਿੱਥੇ ਉਹਨਾਂ ਦਾ ਸ਼ੂਟ ਹੋਣਾ ਹੂੰ ਉਹ ਆਪਣੀ ਇੱਕ ਤਾਂ ਸ਼ੂਟ ਕਰਾਸੀ ਇੱਕ بیس ਬਣਾ ਲੈਨੇ ਆ। ਹਮਮ بیس ਦੇ ਵਿੱਚ ਹੀ ਅਸੀਂ ਸਾਰੀਆਂ ਚੀਜ਼ਾਂ ਪਾਰਕ ਕਰਨੀਆਂ ਜਾਂ ਕੁਝ ਕਰਨਾ। ਉਸ ਤੋਂ ਬਾਅਦ ਫਿਰ ਡਾਇਰੈਕਟਰ ਸਾਹਿਬ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਜੋ ਸੈਟਅਪ ਦੇ ਵਿੱਚ ਹੁੰਦਾ ਹੈ। ਤੇ ਜਿੰਨਾ ਡਾਇਰੈਕਟਰ ਦੇ ਸਿਰ ਤੇ ਭਾਂਡਾ ਫੁੱਟਦਾ ਜਿਹਨੂੰ ਅਸੀਂ ਪੰਜਾਬੀ ਵਿੱਚ ਕਹ ਦਈਏ ਕਿ ਪ੍ਰੋਡਕਸ਼ਨ ਦੇ ਸਿਰ ਤੇ ਵੀ ਕੋਈ ਇਸ ਤਰ੍ਹਾਂ ਦੀ ਤਲਵਾਰ ਲਟਕਦੀ ਹੁੰਦੀ ਹੈ। ਮਤਲਬ ਛੋਟੀ ਤੋਂ ਛੋਟੀ ਚੀਜ਼ ਵੀ ਕੁਝ ਵੀ ਹੋ ਜੇ ਤਾਂ ਉਹ ਪ੍ਰੋਡਕਸ਼ਨ ਵਾਲੇ ਦੇ ਉੱਪਰ ਆਂਦੇ। ਸਾਡੀ ਜਿਹੜੀ ਇੱਕ ਨਾ ਜੌਬ ਜਿਹਨੂੰ थैੰਕਸਲੈਸ ਜੌਬ ਕਹਿ ਲਓ। ਹਮਮ ਅਗਰ 100 ਕੰਮ ਚੰਗੇ ਕਰਤੇ ਤਾਂ ਕੋਈ ਥੈਂਕ ਯੂ ਨਹੀਂ ਕਰੇਗਾ ਅਗਰ ਇੰਨਾ ਜਾਂ ਵੀ ਕੁਝ ਵੀ ਕਿਉਂਕਿ 100% ਬੰਦਾ ਕੋਈ ਪੂਰਾ ਨਹੀਂ ਹੁੰਦਾ ਚਾਹੇ ਜਿੰਨਾ ਮਰਜ਼ੀ ਪ੍ਰੋਫੈਸ਼ਨਲ ਹੋਵੇ ਤੇ ਸਿੱਖਦਾ ਹੀ ਆ ਦੁਨੀਆ ਚ ਆ ਕੇ ਹਰ ਟਾਈਮ ਸਿੱਖਦਾ ਰਹਿਣਾ ਹਰ ਉਮਰ ਚ ਸਿੱਖਦਾ ਰਹਿਣਾ ਬੰਦਾ ਤੇ ਕੁਝ ਵੀ ਹੋ ਜੇ ਉਹ ਸਾਡੇ ਉੱਪਰ ਹੀ ਆਣਾ ਤੇ ਇੱਕ ਹੋਰ ਨਾ ਥੋੜਾ ਜਿਹਾ ਮੈਨੂੰ ਲੱਗਦਾ ਤੁਹਾਨੂੰ ਸਵਾਲ ਚੁੱਪ ਜਾਏਗਾ ਜਾਂ ਮੈਨੂੰ ਮੈਂ ਪਹਿਲਾਂ ਮਾਫੀ ਚਾਹੁੰਦਾ ਕਿ ਪ੍ਰੋਡਕਸ਼ਨ ਵਾਲੇ ਸੁਣਿਆ ਕੁੰਡੀ ਬੋਤ ਲਾਂਦੇ ਨੇ ਜਿਸ ਨੂੰ ਕਹਿੰਦੇ ਨੇ ਕਮਿਸ਼ਨ ਕਮਿਸ਼ਨਾਂ ਬਹੁਤ ਖਾਂਦੇ ਨੇ ਨਹੀਂ ਐਸੀ ਕੋਈ ਗੱਲ ਨਹੀਂ ਹੈਗੀ ਬਟ ਕਈ ਜਿਹੜੇ ਅਨਪ੍ਰੋਫੈਸ਼ਨਲ ਬੰਦੇ ਨੇ ਉਹ ਕਰਦੇ ਸਾਨੂੰ ਸਾਡੀ ਆਪਣੀ ਫੀਸ ਮਿਲਦੀ ਹੈ ਸਾਡਾ ਆਪਣਾ ਮਿਹਨਤਾਨਾ ਮਿਲਦਾ ਹੈ ਹਮ ਹਰ ਫੀਲਡ ਦੇ ਵਿੱਚ ਕੁਝ ਬੰਦੇ ਹੁੰਦੇ ਵੀ ਨੇ ਕੁਝ ਨਹੀਂ ਵੀ ਹੁੰਦੇ ਅਸੀਂ ਇਮਾਨਦਾਰੀ ਨਾਲ ਆਪਣਾ ਕੰਮ ਕਰਨਾ ਹੈ ਹਮ ਸਾਡੀ ਇਮਾਨਦਾਰੀ ਝਲਕਦੀ ਹੈ ਝੱਕ ਦੋ ਫਟੇ ਝੱਕ ਦੋ ਫਟੇ ਅਸੀਂ ਇਮਾਨਦਾਰੀ ਨਾਲ ਆਪਣਾ ਕੰਮ ਕਰਨਾ ਹੈ ਹਮ ਸਾਡੀ ਇਮਾਨਦਾਰੀ ਚਲਕਦੀ ਹੈ ਕੰਮ ਦੇ ਵਿੱਚ ਪਤਾ ਲੱਗਦਾ ਹੈ ਕੰਮ ਦੇ ਦੌਰਾਨ ਤੁਸੀਂ ਭੱਜ ਦੌੜ ਪੂਰੀ ਰਹਿੰਦੀ ਹੈ ਉਹ ਨੇਚਰਲੀ ਗੱਲ ਹੈ ਜੇ ਭੱਜ ਦੌੜ ਨਾ ਹੋਵੇ ਤਾਂ ਕੰਮ ਕਿੱਥੇ ਹੋਏਗਾ ਢਿੱਡ ਤੁਹਾਡਾ ਵੇਖ ਕੇ ਮੈਨੂੰ ਲੱਗਦਾ ਨਹੀਂ ਤੁਸੀਂ ਭੱਜ ਦੌੜ ਤੁਸੀਂ ਮੈਨੂੰ ਲੱਗਦਾ ਬੈਠ ਕੇ ਆਰਡਰ ਕਰਦੇ ਹੋਏ ਜਿਸ ਤਰ੍ਹਾਂ ਡਾਇਰੈਕਟਰਾਂ ਦਾ ਢਿੱਡ ਨਿਕਲੇ ਹੁੰਦਾ ਸਾਡਾ ਟਾਈਮ ਟੇਬਲ ਖਰਾਬ ਹੋ ਚੁੱਕਾ ਹੈ ਨਾ ਖਾਣੇ ਦਾ ਟਾਈਮ ਟੇਬਲ ਹੈ ਜੀ ਸਵੇਰ ਦਾ ਨਾਸ਼ਤਾ ਅਸੀਂ ਦੁਪਹਿਰ ਵੇਲੇ ਕਰ ਰਹੇ ਹਾਂ ਦੁਪਹਿਰ ਦੀ ਰੋਟੀ ਅਸੀਂ ਸ਼ਾਮ ਨੂੰ ਖਾ ਰਹੇ ਹਾਂ ਜੀ ਤੇ ਉਸ ਕਰਕੇ ਥੋੜੀ ਉਹ ਪ੍ਰੋਬਲਮ ਹੈ इवन ਉਹ ਇੱਥੇ ਕੋ ਗੱਲ ਨਹੀਂ ਟਾਈਮ ਟੇਬਲ ਕਰਕੇ ਹੋ ਜਾ ਸਾਡਾ ਨਾ ਇੱਕ ਸ਼ੋਅ ਹੋਰ ਵੀ ਚੱਲਦਾ ਹੈਲਥ ਦਾ ਚੜਦੀ ਕਲਾ ਤੇ ਤੁਸੀਂ ਉਹ ਜ਼ਰੂਰ ਵੇਖਿਆ ਕਰੋ ਜ਼ਰੂਰ ਦੇਖਦਾ ਕਿ ਤੁਸੀਂ ਆਪਦਾ ਜਿਹੜਾ ਉਹ ਹੈਲਥ ਵਾਲ ਵੀ ਧਿਆਨ ਦਿਓ ਜ਼ਰੂਰੀ ਵੀ ਆ ਕਿਉਂਕਿ ਜਿਹੜੀ ਤੁਹਾਡੀ ਹੋਣ ਵਾਲੀ ਵੋਟੀ ਆ ਉਹ ਦੇਖ ਰਹੀ ਹੈ ਕਿ ਨਾ ਬਈ ਮੇਰੇ ਮੀਆਂ ਜੀ ਦਾ ਪੰਜਾਬੀਆਂ ਦਾ ਤਾਂ ਵੈਸੇ ਵੀ ਥੋੜਾ ਡੇਡ ਹੋਣਾ ਚਾਹੀਦਾ ਪਤਾ ਕਿਵੇਂ ਲੱਗੇਗਾ ਪੰਜਾਬੀ ਨਹੀਂ ਚਲੋ ਪੰਜਾਬੀਆਂ ਦਾ ਫੇਟ ਰਹਿਣਾ ਵੀ ਬਹੁਤ ਜ਼ਰੂਰੀ ਹੈ ਆਪਾਂ ਮੈਥ ਨੂੰ ਥੋੜਾ ਚੇਂਜ ਕਰ ਲਈਏ ਤੇ ਤੁਸੀਂ ਇਹ ਗੱਲ ਕਹੀ ਸੀ ਕਿ ਜਿਹੜਾ ਉਹ ਸੋ ਚੰਗੇ ਕੰਮ ਕਰਕੇ ਜਿਹੜਾ ਉਹ ਫਲ ਤੇ ਫੋਟੋ ਦਿੱਤਾ ਜਾਂਦਾ ਪਰ ਤੁਸੀਂ ਦੇਖੋ ਇਹ ਵੀ ਚੜ੍ਹਦੀ ਕਲਾ ਦਾ ਉਪਰਾਲਾ ਕਿ ਜਿਹੜਾ ਤੁਸੀਂ ਪਿੱਛੇ ਆਪਣੇ ਮੋਢੇ ਦੇ ਭਾਰ ਚੱਕ ਕੇ ਇੱਕ ਫਿਲਮ ਨੂੰ ਸੋਹਣੀ ਰੂਪਰੇਖਾ ਦਿੰਦੇ ਜੇ ਅਜੇ ਇੱਕ ਪਲੈਟਫਾਰਮ ਤੁਹਾਡੇ ਲਈ ਵੀ ਖੜਾ ਕੀਤਾ ਹੈ ਥੈਂਕ ਯੂ ਸੋ ਮਚ ਜੀ ਬਿਲਕੁਲ ਬਹੁਤ ਅੱਛਾ ਪਲੈਟਫਾਰਮ ਹੈ ਮੈਂ ਕਹਿੰਦਾ ਜੋ ਵੀ ਕੈਮਰੇ ਦੇ ਪਿੱਛੇ ਜੋ ਵੀ ਲੋਕਾਂ ਦੀ ਮਿਹਨਤ ਹੁੰਦੀ ਉਹ ਸਾਹਮਣੇ ਆਣੀ ਚਾਹੀਦੀ ਕਿਉਂਕਿ ਅੱਜ ਕੱਲ ਸਮਾਂ ਬਹੁਤ ਫਾਸਟ ਹੋ ਚੁੱਕਿਆ ਹੈ ਜੀ ਕਿ ਉਹਨਾਂ ਨੂੰ ਕੋਈ ਅੱਗੇ ਨਹੀਂ ਕਰਦਾ ਹੂੰ ਇਹ ਬੜਾ ਚੰਗਾ ਪ੍ਰਾਲਾਚਰ ਦੀ ਗੱਲ ਹੈ ਟਾਈਮ ਟੀਵੀ ਵੱਲੋਂ ਤੇ ਫਸਟ ਟਾਈਮ ਮੈਂ ਦੇਖ ਰਿਹਾ ਕੋਈ ਚੈਨਲ ਕਰ ਰਿਹਾ ਹੈ ਮੈਨੂੰ ਨਹੀਂ ਲੱਗਦਾ ਕੋਈ ਸ ਨੇ ਸੋਚਿਆ ਵੀ ਹੋਵੇਗਾ ਇਸ ਚੀਜ਼ ਬਾਰੇ ਜੀ ਬੜੀ ਅੱਛੀ ਚੀਜ਼ ਹੈ ਮੈਂ ਤਾਂ ਕਹਿੰਦਾ ਹਰ ਇੱਕ ਵਰਗ ਨੂੰ ਜਿਹੜਾ ਕੈਮਰੇ ਦੇ ਪਿੱਛੇ ਕੰਮ ਕਰਦਾ ਹੈ ਜਿਹੜਾ ਅਸਲੀ ਮਿਹਨਤ ਕਰਦਾ ਹੈ ਮਿਹਨਤ ਸਾਰੇ ਕਰਦੇ ਨੇ ਪਰ ਉਹਨਾਂ ਦੀ ਕੋਈ ਜ਼ਿਆਦਾ ਹੁੰਦੀ ਹੈ ਮੈਂ ਕਦੀ ਉਹ ਕੈਮਰੇ ਦੇ ਸਾਹਮਣੇ ਆਏ ਨਹੀਂ ਕੈਂ ਮੈਂ ਵੀ ਫਸਟ ਟਾਈਮ ਹੈ ਤੁਹਾਡੀ ਕਿਰਪਾ ਨਾਲ ਜਾਂ ਚੈਨਲ ਦੀ ਕਿਰਪਾ ਨਾਲ ਜੀ ਇੱਕ ਵਨਪੀ ਜੀ ਹੋਰ ਗੱਲ ਮੈਨੂੰ ਇਹ ਦੱਸੋ ਜਿਹੜੇ ਜਿਹੜੇ ਤੁਸੀਂ ਫਿਲਮਾਂ ਔਰ ਹਿੱਟ ਗੀਤ ਕੀਤੇ ਨੇ ਸਾਡੇ ਦਰਸ਼ਕ ਜ਼ਰੂਰ ਚਾਹਣਾ ਚਾਣਗੇ ਅ ਫਸਟ ਤਾਂ ਮੈਂ ਤੁਹਾਨੂੰ ਦੱਸ ਸੀ ਜੁੱਕਾ ਬਾਡੀਗਾਰਡ ਕੀਤੀ ਸੀਗੀ ਜਾਦਾ ਬਾਲੀਵੁੱਡ ਦੀਆਂ ਕੀਤੀਆਂ ਨੇ ਹੁਣ ਲੈ ਤੇ ਸਾਈਆ ਸਰਦਾਰ ਦਾ ਗ੍ਰੈਂਡਸਨ ਉਸ ਤੋਂ ਪਹਿਲਾਂ ਇਰਾਦਾ ਕੀਤੀ ਹੈ ਕਾਫੀ ਮੂਵੀਆਂ ਕੀਤੀਆਂ ਕਈ ਵਾਰ ਸਿੰਘ ਇਸ ਬਲੈਂਕ ਕੀਤੀ ਹੈ ਅਕਸ਼ੇ ਕੁਮਾਰ ਜੀ ਦੀ ਸਨ ਆਫ ਸਰਦਾਰ ਦੇ ਵਿੱਚ ਵੀ ਕਾਫੀ ਕੰਮ ਕੀਤਾ ਹੈ ਬਹੁਤ ਕਾਫੀ ਮੂਵੀਜ਼ ਕਰ ਲਈਆਂ ਆ ਬਈਆਂ ਹੋ ਇਸ ਟਾਈਮ ਪ੍ਰੋਪਰਲੀ ਦਿਮਾਗ 'ਚ ਨਹੀਂ ਐ ਔਰ Song ਵਗੈਰਾ ਦਾ ਤਾਂ ਕੋਈ ਗਿਣਤੀ ਨਹੀਂ ਐ ਪੰਜਾਬੀ Song ਹਿੰਦੀ Song ਤੇ ਐਡਸ ਵਗੈਰਾ ਕੀਤੀਆਂ ਕਿੰਗਜ਼ 11 ਦੀ ਐਡ ਕੀਤੀ ਦੀ ਬੜੀ ਅੱਛੀ ਐਡ ਚੱਲੀ ਸੀ ਉਹਨਾਂ ਦੀ ਆ ਮਨਪ੍ਰੀਤ ਜੀ ਨੂੰ ਇੱਥੇ ਇਹ ਵੀ ਸਵਾਲ ਕਰਨਾ ਬਣਦਾ ਹੈ ਕਿ ਪ੍ਰੋਡਕਸ਼ਨ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਕਿਉਂਕਿ ਅਸੀਂ ਇਹਨਾਂ ਨੇ ਦੱਸਤਾ ਸੈੱਟ ਤੇ ਆ ਕੇ ਪਹਿਲਾਂ ਰੇਕੀ ਹੁੰਦੀ ਹੈ ਫਿਰ ਪਲੈਨਿੰਗਸ ਹੁੰਦੀਆਂ ਨੇ ਫਿਲਮ ਬਣਨ ਤੋਂ ਪਹਿਲਾਂ ਔਰ ਪ੍ਰੋਡਕਸ਼ਨ ਦੇ ਵਿੱਚ ਕਿੰਨੇ ਡਿਪਾਰਟਮੈਂਟਸ ਨੇ ਕਿੱਦਾਂ-ਕਿੱਦਾਂ ਕੰਮ ਹੁੰਦਾ ਤੁਸੀਂ ਕਿੰਨੇ ਡਿਪਾਰਟਮੈਂਟs ਆਮਦੇ ਹੋ ਪ੍ਰੋਡਕਸ਼ਨ ਨੂੰ ਸਾਰੇ ਡਿਪਾਰਟਮੈਂਟ ਦੇ ਸਾਹਮਣੇ ਚ ਆਉਂਦੇ ਆ ਕਿਉਂਕਿ ਉਹ ਸਾਡੇ ਤਾਂ ਅਗਰ ਮੁੰਬਈ ਤੋਂ ਆ ਰਹੇ ਨੇ ਸਾਡੇ ਇੱਕ ਤਰ੍ਹਾਂ ਦੇ ਮਹਿਮਾਨ ਨੇ ਉਹ ਸਾਡੇ ਸਿਰ ਤੇ ਹੀ ਆ ਰਹੇ ਨੇ ਤੇ ਅਸੀਂ ਚਾਹੇ ਉਹ ਕੋਈ ਵੀ ਡਿਪਾਰਟਮੈਂਟ ਹੈ ਚਾਹੇ ਮੇਕਅਪ ਹੈ హెਅਰ ਹੈ ਵੈਨਿਟੀ ਮੈਨ ਹੈ ਡਾਇਰੈਕਸ਼ਨ ਟੀਮ ਹੈ ਕੋਈ ਵੀ ਟੀਮ ਹੈ ਤੇ ਅਸੀਂ ਹੀ ਉਹਨਾਂ ਦਾ ਧਿਆਨ ਰੱਖਣਾ ਹੈ ਸਾਡੇ ਮਹਿਮਾਨ ਵੀ ਨੇ ਇੱਕ ਤਰ੍ਹਾਂ ਦੇ ਸਾਨੂੰ ਉਹ ਕੰਮ ਵੀ ਦੇ ਰਹੇ ਨੇ ਤੇ ਮਹਿਤਾਨਾ ਵੀ ਦੇ ਰਹੇ ਨੇ ਸਾਡਾ ਹੀ ਫਰਜ਼ ਬਣਦਾ ਉਹਨਾਂ ਦਾ ਧਿਆਨ ਰੱਖਣਾ ਸਾਡੀ ਪੂਰੀ ਟੀਮ ਹੁੰਦੀ ਹੈ 8 ਤੋਂ 10 ਜਾਣੇ ਦੀ ਪੂਰੀ ਟੀਮ ਹੁੰਦੀ ਹੈ ਤੇ ਸਾਡੇ ਅਸਿਸਟੈਂਟ ਵੀ ਹੁੰਦੇ ਆ ਸਾਡੀ ਸਹੀ ਪੂਰਾ ਦੇਖਰੇਖ ਕਰਨੀ ਹੁੰਦੀ ਹੈ ਮੈਨੇਜ ਵੀ ਕਰਨਾ ਹੈ ਕੰਮ ਨੂੰ ਕੰਮ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਤੇ ਅਗਰ ਉਹਨਾਂ ਨੇ ਇੱਥੇ ਰਹਿਣਾ ਹੈ ਤੇ ਉਹਨਾਂ ਨੂੰ ਜਿੰਨੇ ਵੀ ਘੰਟੇ ਸੌਣ ਨੂੰ ਮਿਲਦੇ ਨੇ ਆਰਾਮ ਘੱਟ ਹੀ ਮਿਲਦਾ ਹੈ ਸਾਡੀ ਲਾਈਨ 'ਚ ਤੇ ਉਹਨਾਂ ਨੂੰ ਪ੍ਰੋਪਰ ਆਰਾਮ ਮਿਲਣਾ ਚਾਹੀਦਾ ਦਿਮਾਗ ਨੂੰ ਵੀ ਰਿਲੈਕਸ ਮਿਲਣੀ ਚਾਹੀਦੀ ਹੈ ਜਿਹੜੀ ਸਟਾਰ ਕਾਸਟ ਆਂਦੀ ਹੈ ਹਨਾ بڑا ਸਟਾਰ ਕਾਸਟ ਨੂੰ ਇੱਕ ਚਾਹ ਰਹਿੰਦਾ ਕਿ ਤੁਸੀਂ ਪੰਜਾਬ ਚ ਜਾ ਕੇ ਸ਼ੂਟਿੰਗ ਕਰ ਰਹੇ ਹੋ ਚਾਹੇ ਉਹ ਪੰਜਾਬ ਦੇ ਵਿੱਚ ਪਟਿਆਲਾ ਹੋਵੇ ਅੰਮ੍ਰਿਤਸਰ ਹੋਵੇ ਆਨੰਦਪੁਰ ਸਾਹਿਬ ਹੋਵੇ ਜਾਂ ਕੋਈ ਵੀ ਪੰਜਾਬ ਦੀ ਪਿਆਰੀ ਧਰਤੀ ਹੋਵੇ ਉਹਨਾਂ ਨੂੰ ਬੜਾ ਚਾਹ ਰਹਿੰਦਾ ਕਿ ਉੱਥੇ ਦੀ ਲੋਕਲ ਵਿਜ਼ਿਟ ਕੀਤੀਆਂ ਜਾਣ ਤੇ ਤੁਸੀਂ ਫਿਲਮ ਤੋਂ ਬਾਹਰ ਰਹਿ ਕੇ ਕਦੀ ਉਹ ਵਿਜ਼ਿਟ ਉਹਨਾਂ ਨੂੰ ਕਰਾਈ ਹੈ ਨਹੀਂ ਬਹੁਤ ਕਰਾਈ ਹੈ ਪਹਿਲਾਂ ਦਾ ਸ਼ਡਿਊਲ ਟਾਈਟ ਹੁੰਦਾ ਕਈ ਵਾਰ ਤਾਂ ਫਿਲਮ ਦਾ ਅਗਰ ਸ਼ਡਿਊਲ ਥੋੜਾ ਜਿਹਾ ਮਿਲਦਾ ਹੈ ਉਹਨਾਂ ਨੂੰ ਥੋੜਾ ਜਿਹਾ ਟਾਈਮ ਮਿਲਦਾ ਸਪੈਂਡ ਕਰਦੇ ਆ ਉਹ ਸਾਨੂੰ ਕਹਿੰਦੇ ਨੇ ਵੀ ਸਾਨੂੰ ਫਲਾਣੀ ਚੀਜ਼ ਖਵਾਓ ਕੋਈ ਫੇਮਸ ਚੀਜ਼ ਇੱਥੇ ਦੀ ਕੋਈ ਟਰਾਈ ਕਰਾਓ ਖਾਣ ਪੀਣ ਦੀ ਜਾਂ ਕੋਈ ਇੱਥੇ ਫੇਮਸ ਚੀਜ਼ਾਂ ਚੀਜ਼ਾਂ ਸਾਨੂੰ ਖਰੀਦਦਾਰੀ ਕਰਾਓ ਤੇ ਕਈ ਵਾਰ ਸਾਨੂੰ ਜਿੰਨਾ ਘੰਟਾ ਡੇਢ ਘੰਟਾ ਜੋ ਵੀ ਉਹਨਾਂ ਨੂੰ ਟਾਈਮ ਮਿਲਦਾ ਅਸੀਂ ਜਾ ਕੇ ਉਹਨਾਂ ਨੂੰ ਜ਼ਰੂਰ ਦਿਖਾਣੇ ਵੀ ਆ ਤੇ ਬਹੁਤ ਬਹੁਤ ਅੱਛੀ ਤਾਰੀਫ਼ ਕਰਦੇ ਆ ਬਿਲਕੁਲ ਅੱਛਾ ਮਾਹੌਲ ਹੁੰਦਾ ਹੈ ਫੈਮਿਲੀ ਵਾਲਾ ਮਾਹੌਲ ਹੁੰਦਾ ਹੈ ਓਵਰঅল ਸੈਟ ਦੇ ਉੱਤੇ ਨਜ਼ਰੀਆ ਕੀ ਰਹਿੰਦਾ ਪ੍ਰੋਡਕਸ਼ਨ ਵਾਲੇ ਦਾ ਪਰਸਨਲ ਨਜ਼ਰੀਆ ਉਹ ਛੱਡ ਦਿਓ ਗੱਲ ਕਿ ਉਹਦੇ ਤੇ ਜਿਹੜਾ ਕੰਮ ਨਹੀਂ ਹੋਇਆ ਤੇ ਤੁਹਾਡੇ ਤੇ ਸਾਰਾ ਅਲੀਗੇਸ਼ਨ ਆ ਗਿਆ ਉਸ ਤਰ੍ਹਾਂ ਰਵਈਆ ਕੀ ਰਹਿੰਦਾ ਤੁਹਾਡੇ ਪ੍ਰਤੀ ਨਹੀਂ ਬਹੁਤ ਅੱਛਾ ਰਹਿੰਦਾ ਕਿਉਂਕਿ ਤਕਰੀਬਨ ਕਾਫੀ ਸਾਡਾ ਪਿਆਰ ਹੈ ਜਿਨ੍ਹਾਂ ਨਾਲ ਅਸੀਂ ਵਰਤਦੇ ਰਹਨੇ ਆ ਸਾਡਾ ਹੁਣ ਜਿਵੇਂ ਧਰਮਾ ਪ੍ਰੋਡਕਸ਼ਨ ਹੈ ਟਿਪਸ ਹਲੇ ਨੇ ਜੀ ਤੇ ਵਿਨੋਚ ਚੋਪੜਾ ਪ੍ਰੋਡਕਸ਼ਨ ਆਇਨਾ ਦਾ ਇੱਕ ਲੜਕੀ ਉਹ ਦੇਖਾ ਐਸਾ ਲਗਾ ਵੀ ਕੀਤੀ ਸੀ ਅਸੀਂ ਪਟਿਆਲੇ ਦੇ ਵਿੱਚ ਰਾਜੀ ਮੂਵੀ ਕੀਤੀ ਇਹਨਾਂ ਦੀ ਬਹੁਤ ਅੱਛੀ ਹਿੱਟ ਸੁਪਰ ਹਿੱਟ ਹੋ ਗਈ ਹੈ ਪਟਿਆਲੇ ਦੇ ਵਿੱਚ ਕੀਤੀ ਹੈ ਤੇ ਬੜਾ ਅੱਛਾ ਨਜ਼ਰੀਆ ਹੈ ਸਾਡਾ ਕਿਉਂਕਿ ਅਕਸਰ ਕਈ ਵਾਰ ਹੁੰਦਾ ਨਾ ਲੋਕਾਂ ਦੇ ਮਨ ਦੇ ਵਿੱਚ ਇਹ ਵੀ ਹੁੰਦਾ ਯਾਰ ਅਸੀਂ ਕੰਮ ਕਰਨ ਆਏ ਹਾਂ ਕਿਉਂਕਿ ਪ੍ਰੋਫੈਸ਼ਨਲ ਲੋਕ ਹੁੰਦੇ ਨੇ ਇਹ ਆਪਣੇ ਕੰਮ ਨਾਲ ਮਤਲਬ ਰੱਖਦੇ ਨੇ ਜਿੰਨੀ ਦੇਰ ਤੱਕ ਕੰਮ ਕੀਤਾ ਜਿੰਨੀ ਦੇਰ ਤੱਕ ਲੋਕ ਤਾਲੁਕਾਤ ਵਿੱਚ ਹੈਗੇ ਨੇ ਹਣਾ ਆਪਣੇ ਲਿੰਕ ਦੇ ਵਿੱਚ ਹੈਗੇ ਨੇ ਹੈਗੇ ਨੇ ਕੰਮ ਕੀਤਾ ਉਸ ਤੋਂ ਬਾਅਦ ਤੁਸੀਂ ਕੌਣ ਤੇ ਅਸੀਂ ਕੌਣ ਕੰਮ ਕੀਤਾ ਉਸ ਤੋਂ ਬਾਅਦ ਤੁਸੀਂ ਕੌਣ ਤੇ ਅਸੀਂ ਕੌਣ ਨਹੀਂ ਨਹੀਂ ਐਸੀ ਗੱਲ ਨਹੀਂ ਉਹ ਫਿਰ ਟੈਂਪਰੇਰੀ ਹੀ ਬੰਦੇ ਹੁੰਦੇ ਨੇ ਉਹ ਪੱਕੇ ਲੌਂਗ ਟਾਈਮ ਚੱਲਣ ਵਾਲੇ ਬੰਦੇ ਨਹੀਂ ਹੁੰਦੇ ਹੁਣ ਦੇਖੋ ਇੰਨੀਆਂ ਵੱਡੀਆਂ ਕੰਪਨੀਆਂ ਨੇ ਇੰਡੀਆ ਬੰਨੀਆਂ ਫਰਮਾਨੇ ਪੂਰੇ ਵਰਲਡ 'ਚ ਨਾਮ ਆ ਉਹਨਾਂ ਦਾ ਜੇ ਉਹ ਸਾਡੇ ਨਾਲ ਪ੍ਰਤੀ ਇਦਾਂ ਸੋਚਣਗੇ ਜਾਂ ਅਸੀਂ ਉਹਨਾਂ ਪ੍ਰਤੀ ਇਦਾਂ ਸੋਚਾਂਗੇ ਵੀ ਅਸੀਂ ਇੱਕੋ ਵਾਰੀ ਆਏ ਇਹਨਾਂ ਨੂੰ ਲੈ ਲਓ ਜੋ ਲੈਣਾ ਹੈ ਮੁੜ ਕੇ ਇਹਨਾਂ ਨੂੰ ਕੰਮ ਨਹੀਂ ਕਰਨਾ ਅਸੀਂ ਲੌਂਗ ਟਾਈਮ ਸੋਰਸ ਹਾਂ ਸਾਰੀ ਸਾਨੂੰ ਰੋਜੀ ਰੋਟੀ ਦੇ ਰਹੇ ਕੰਮ ਦੇ ਬਿਜ਼ਨਸ ਦੇ ਰਹੇ ਹਾਂ ਤੇ ਅਸੀਂ ਤਾਂ ਐਦਾਂ ਦਾ ਨਹੀਂ ਮੰਨ ਚ ਸਰ ਕਰਿਆ ਨਾ ਉਹਨਾਂ ਨੇ ਰੱਖਿਆ ਕਿਉਂਕਿ ਨੈਕਸਟ ਟਾਈਮ ਅਸੀਂ ਉਹਨਾਂ ਦਾ ਉਹਨਾਂ ਦੇ 4 ਪੈਸੇ ਅੱਗੇ ਅਸੀਂ ਪ੍ਰੋਡਿਊਸਰ ਸਾਹਿਬ ਦੇ ਬਚਾ ਕੇ ਦਵਾਗੇ ਆਪਣੇ ਤਰੀਕੇ ਨਾਲ ਫਾਇਦਾ ਕਰਕੇ ਦਵਾ ਤਾਂ ਹੀ ਉਹ ਸਾਨੂੰ ਦੁਬਾਰਾ ਹਾਇਰ ਕਰਨਗੇ ਕਿਸੇ ਨਾ ਮੇ ਇਸ ਤਰ੍ਹਾਂ ਹੁੰਦਾ ਰਾਤ ਦਾ ਸ਼ੂਟ ਚੱਲਦਾ ਹੁੰਦਾ ਰਤੀ ਬਾਰ ਐ ਕੋਈ ਜੇ ਕਿਸੇ ਚੀਜ਼ ਦੀ ਰਿਕੁਆਇਰਮੈਂਟ ਹੋਗੀ ਬਹੁਤ 1 ਵਜੇ ਮਾਰਕੀਟ ਬੰਦ ਹੋ ਜਾਂਦੀ ਆ ਕੁਝ ਚੀਜ਼ ਦੀ ਅਵੇਲੇਬਿਲਿਟੀ ਨਹੀਂ ਹੈ ਫਿਰ ਕੀ ਕਰਦੇ ਹੋ ਕਿ ਤੁਸੀਂ ਜਿਸ ਤਰ੍ਹਾਂ ਵਿਆਹ ਸ਼ਾਦੀ ਤੇ ਘਰ ਚੋਂ ਦੇਦੇ ਕਿ ਚੀਜ਼ ਲੋੜ ਪੈਂਦੀ ਸਵੇਰੇ ਸਵੇ ਦੁਕਾਨਾ ਖਲਾ ਕੇ ਚੀਜ਼ਾਂ ਕੜਵਾਉਂਦੇ ਹੋ ਉਸ ਤਰ੍ਹਾਂ ਦਾ ਕੁਝ ਅਰੇਂਜਮੈਂਟ ਕਰਦੇ ਹੋ ਨਹੀਂ ਇੱਕ ਵਾਰ ਨਹੀਂ ਬਹੁਤ ਵਾਰ ਹੋਇਆ ਕਿਉਂਕਿ ਜਿਹੜੇ ਬੰਬੇ ਤੋਂ ਆਉਂਦੇ ਨੇ ਨਾ ਕਿਉਂਕਿ ਉਹਨਾਂ ਕੋਲ ਤਾਂ ਉੱਥੇ ਫਿਲਮ ਇੰਡਸਟਰੀ ਹੈ ਆਲਰੇਡੀ ਉਹਨਾਂ ਦੇ ਗੋਦਾਮ ਹੈ ਉੱਥੇ ਹਰ ਇੱਕ ਚੀਜ਼ ਅਵੇਲੇਬਲ ਹੈ ਉਹਨਾਂ ਨੇ ਫੋਨ ਕੀਤਾ ਤੇ ਚੀਜ਼ ਆ ਗਈ ਹਾਜ਼ਰ ਹੋ ਗਈ ਘੰਟੇ ਚ ਯਾਦ ਦੇ ਘੰਟੇ ਚ ਇੱਥੇ ਇਦਾਂ ਦਾ ਕੁਝ ਨਹੀਂ ਹੈਗਾ ਇੱਥੇ ਸਾਨੂੰ ਹਰ ਇੱਕ ਚੀਜ਼ ਲੱਭਣੀ ਪੈਂਦੀ ਹੈ ਜਾ ਕੇ ਹੂੰ ਹੂੰ ਜਾਂ ਕੁਝ ਸਾਡੇ ਕੋਲ ਵੈਂਡਰ ਨੇ ਜਿਹੜੇ ਅਸੀਂ ਜਾ ਜਾ ਕੇ ਅਸੀਂ ਮਲਕੀ ਉਹ ਸਾਡੇ ਪ੍ਰਤੀ ਪਛਾਣ ਲਿਆ ਉਹਨਾਂ ਨੇ ਵੀ ਇਹ ਕੰਮ ਇਹੀ ਕਰਦੇ ਨੇ ਇਹਨਾਂ ਨੂੰ ਚੀਜ਼ ਦੇ ਦੋ ਹੂੰ ਹੂੰ ਤੇ ਬਹੁਤ ਵਾਰ ਹੋਇਆ ਹਾਂ ਤਕਰੀਬਨ ਹਰ ਹਰ ਟਾਈਮ ਹੀ ਹੁੰਦਾ ਹੈ ਫਿਰ ਅਸੀਂ ਜਾ ਕੇ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਜਾਂ ਫੋਨ ਨੰਬਰ ਤੇ ਕਹਿੰਦੇ ਆਂ ਨੇ ਵੀ ਰਾਤੀ ਸਾਨੂੰ ਚੀਜ਼ ਦੇ ਦੋ ਭਾਈ ਮਹ ਜੇ ਲੈਣੇ ਕਰਦੇ ਕੁਝ ਨਾ ਕੁਝ ਕਰਨਾ ਪੈਂਦਾ ਡਿਊਟੀ ਹੈ ਸਾਡੀ ਜੀ ਮਨਪ੍ਰੀਤ ਜੀ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਕੋਲੇ ਤੇ ਪਹੁੰਚੇ ਹੋ ਚਰਦੀ ਕਲਾ ਟਾਈਮ ਟੀਵੀ ਦੇ ਸਟੂਡੀਓ ਬਹੁਤ ਵਧੀਆ ਲੱਗਾ ਸੀਰੀਅਸਲੀ ਤੁਸੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਕੰਮ ਕਰਦੇ ਹੋ ਬਹੁਤ ਦਿਲੋਂ ਤੁਹਾਡਾ ਧੰਨਵਾਦ ਸੋ ਇਹ ਸੀਗੇ ਮਨਪ੍ਰੀਤ ਸਿੰਘ ਜੀ ਜਿਹੜੇ ਇੱਕ ਬੇਤੌਰ ਪ੍ਰੋਡਕਸ਼ਨ ਮੈਨੇਜਰ ਇਸ ਫੀਲਡ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਸੋ ਇਸੇ ਤਰ੍ਹਾਂ ਦੇ ਇੱਕ ਹੋਰ ਮਿਹਨਤਕਸ਼ ਇਨਸਾਨ ਦੇ ਨਾਲ ਤੁਹਾਡੀ ਅਗਲੇ ਐਪੀਸੋਡ ਦੇ ਵਿੱਚ ਮੁਲਾਕਾਤ ਕਰਾਵਾਂਗੇ ਦੱਸਾਂਗੇ ਕਿ ਸੈੱਟ ਦੇ ਦੌਰਾਨ ਹੀਰੋ ਹੀਰੋਇਨਸ ਦੇ ਕੀ ਕੀ ਟੈਂਡਰਮ ਰਹਿੰਦੇ ਨੇ ਖਾਣਾ ਪੀਣਾ ਉਹਨਾਂ ਦਾ ਕਿਸ ਤਰ੍ਹਾਂ ਦਾ ਰਹਿੰਦਾ ਹੈ ਖਾਣ ਪੀਣ ਨੂੰ ਲੈ ਕੇ ਉਹ ਕਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਚਾਹਤਾਂ ਰਹਿੰਦੀਆਂ ਨੇ ਸੋ ਉਹਨਾਂ ਸਾਰੀਆਂ ਗੱਲਾਂ ਪਤਨ ਤੁਹਾਡੇ ਮੂਰੇ ਪੂਰੇ ਵਿਸਥਾਰ ਨਾਲ ਰੱਖਾਂਗੇ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਮੈਨੂੰ ਦਿਓ ਇਜਾਜ਼ਤ ਮਿਲਦੇ ਹਾਂ ਅਗਲੇ ਐਪੀਸੋਡ ਦੇ ਵਿੱਚ ਸਤਿ ਸ਼੍ਰੀ ਅਕਾਲ ਲਾਈਕ ਕੈਮਰਾ ਐਂਡ ਚੱਕ ਦੋ ਫਟੇ Tchau.